ਸਵਾਗਤ ਹੈ ਦੋਸਤੋ ਤੁਹਾਡਾ ਸਭ ਦਾ ਆਪਣੇ ਚੈਨਲ ਜੀਏਸ ਅਪਡੇਟਸ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਲੈ ਕੇ ਆ ਚੁੱਕੇ ਹਾਂ ਤੁਹਾਡੇ ਸਭ ਦੇ ਲਈ ਜਮਾਤ 9ਵੀਂ ਸਬਜੈਕਟ ਮੈਥਮੈਟਿਕਸ ਦੇ ਲਈ ਫੁੱਲੀ ਸੋਲਡ ਸੈਂਪਲ ਪੇਪਰ ਬੋਥ ਇੰਗਲਿਸ਼ ਐਂਡ ਪੰਜਾਬੀ ਮੀਡੀਆ ਦੇ ਵਿੱਚ ਇਹ ਸੈਂਪਲ ਪੇਪਰ ਹੈ ਸੋ ਪੂਰੀ ਜਾਣਕਾਰੀ ਵਿਦ ਸੋਲੂਸ਼ਨ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਸਾਰੇ ਐਗਜ਼ਾਮ ਦੀ ਤਿਆਰੀ ਇਸ ਤਰ੍ਹਾਂ ਫੁੱਲੀ ਸੌਲਡ ਸੈਂਪਲ ਪੇਪਰ ਦੇ ਨਾਲ ਪਲੱਸ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਦੇ ਨਾਲ ਕਰਵਾਈ ਜਾਵੇਗੀ ਸੋ channel ਨੂੰ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਵੋ ਸੈਂਪਲ ਪੇਪਰ ਨੂੰ ਸਟਾਰਟ ਕਰਦੇ ਹਾਂ ਸਬਜੈਕਟ ਮੈਥਮੈਟਿਕਸ ਕਲਾਸ 9th ਮੈਕਸਿਮਮ ਮਾਰਕਸ 80 ਸਮਾਂ 3 ਘੰਟੇ ਤੱਕ ਜਾਵੇਗਾ ਤੇ ਸੈਸ਼ਨ 2022-23 ਦੇ ਲਈ ਇਹ ਸੈਂਪਲ ਪੇਪਰ ਹੈ 파ਟ A ਕੁਐਸ਼ਨ 1 ਹੇਠ ਦਿੱਤੇ ਪ੍ਰਸ਼ਨਾਂ ਦੇ ਸਹੀ ਵਿਕਲਪ ਨੂੰ ਚੁਣੋ ਹਰੇਕ ਪ੍ਰਸ਼ਨ 1 ਅੰਕ ਦਾ ਹੈ ਸੋ 3√7 ਦਾ ਘਾਤ ਅੰਕ ਰੂਪ ਕੀ ਹੈ ਵਾਟ ਇਜ਼ ਅ ਐਕਸਪੋਨੈਂਸ਼ੀਅਲ ਫਾਰਮ ਆਫ 3√7 ਸੋ ਆਨਸਰ ਆਵੇਗਾ ਆਪਸ਼ਨ ਸੀ 7 ਦੀ ਪਾਵਰ 1/3 35/100 ਦਾ ਦਸ਼ਮਲਵ ਰੂਪ ਕੀ ਹੈ ਵਾਟ ਇਜ਼ ਅ ਡੈਸੀਮਲ ਫਾਰਮ ਆਫ 35/100 ਸੋ ਆਨਸਰ ਆਵੇਗਾ ਆਪਸ਼ਨ ਸੀ 0.35 ਜੇਕਰ ਇੱਥੇ 35 ਅਪੋਨ 1000 ਹੁੰਦਾ ਤਾਂ ਫਿਰ ਤੁਹਾਡਾ ਆਨਸਰ ਆਣਾ ਸੀਗਾ 0.035 ਸੋ ਜਿੰਨੇ ਥੱਲੇ ਜ਼ੀਰੋਜ਼ ਨੇ ਉਨੇ ਹੀ ਤੁਸੀਂ ਪੁਆਇੰਟ ਦੇ ਮਗਰ ਵਰਡਸ ਲਿਖਨੇ ਹੁੰਦੇ ਹਨ ਸੋ ਇਹ ਸੀ ਤੁਹਾਡਾ ਸੈਕਿੰਡ ਦਾ ਆਨਸਰ ਥਰਡ ਕੁਐਸਚਨ ਹੈ ਹੇਠ ਲਿਖਿਆ ਵਿੱਚੋਂ ਕਿਹੜਾ ਸਮੀਕਰਨ 2x y 7 ਦਾ ਹੱਲ ਹੈ ਸੋ ਉੱਤਰ ਆਵੇਗਾ ਆਪਸ਼ਨ ਸੀ ਨੈਕਸਟ ਕੁਐਸ਼ਨ ਚੌਥਾ ਮੂਲ ਬਿੰਦੂ ਦੇ ਨਿਰਦੇਸ਼ ਅੰਕ ਕੀ ਹੁੰਦੇ ਹਨ ਸਵਰ ਅਨਸਰ ਆਵੇਗਾ ਆਪਸ਼ਨ ਸੀ 0 0 ਫਿਫਥ ਕੁਐਸ਼ਨ ਹੈ ਯੂਕਲਿਡ ਦੀਆਂ ਤਾਰਨਾਵਾਂ ਦੀ ਗਿਣਤੀ ਕਿੰਨੀ ਹੈ ਉੱਤਰ ਆਵੇਗਾ ਆਪਸ਼ਨ ਸੀ 5 ਨੈਕਸਟ ਕੁਐਸ਼ਨ 6ਵਾਂ ਵਾਟ ਇਜ਼ ਸਮ ਆਫ ਐਂਗਲਸ ਅਰਾਊਂਡ ਦਾ ਪੁਆਇੰਟ ਇਜ਼ ਸੋ 6ਵੇਂ ਕੁਐਸਚਨ ਦਾ ਆਨਸਰ ਆਵੇਗਾ ਆਪਸ਼ਨ D 360 ਡਿਗਰੀ 7ਵਾਂ ਤ੍ਰਿਭੁਜ ਵਿੱਚ ਸਭ ਤੋਂ ਵੱਡੇ ਕੋਣ ਦਾ ਸੰਮੁਖ ਭੂਜਾ ਡੈਸ਼ ਹੁੰਦੀ ਹੈ 7ਵੇਂ ਕੁਐਸਚਨ ਦਾ ਉੱਤਰ ਆਵੇਗਾ ਆਪਸ਼ਨ A ਵੱਡੀ ਗ੍ਰੇਟਰ 8ਵਾਂ ਕੁਐਸਚਨ ਸੰਪੂਜੀ ਤ੍ਰਿਭੁਜ ਦੇ ਹਰੇਕ ਕੋਣ ਦਾ ਮਾਪ ਡੈਸ਼ ਹੁੰਦਾ ਹੈ 8ਵੇਂ ਕੁਐਸਚਨ ਦਾ ਉੱਤਰ ਆਵੇਗਾ ਆਪਸ਼ਨ A 60 डिग्री एन एंगल ऑफ एन इक्विलैटरल ट्रायंगल इज 60 डिग्री नाइंथ क्वेश्चन व्हाट इज द सम ऑफ एडजेसेंट एंगल्स ऑफ अ पैललोग्राम सो आंसर आवेगा ऑप्शन बी 180 डिग्री 10थ क्वेश्चन हेठ लिखा हुआ जो केडी समांतर चतुर्भुज नहीं है 10वें so, क्वेश्चन का उत्तर आवेगा ऑप्शन डी ट्रैपीज़ियम 11ਵਾਂ ਕੁਐਸਚਨ ਚੱਕਰ ਦੇ ਪਰਿਮਾਪ ਦਾ ਸੂਤਰ ਕੀ ਹੁੰਦਾ ਹੈ ਵਾਟ ਇਜ਼ ਅ ਫਾਰਮੂਲਾ ਆਫ ਸਰਕਮਫਰੈਂਸ ਆਫ ਅ ਸਰਕਲ ਆਨਸਰ ਆਵੇਗਾ অপਸ਼ਨ B 2 पाई r ਨੈਕਸਟ ਕੁਐਸਚਨ ਹੈ ਜਿਸ ਤ੍ਰਿਭੁਜ ਦਾ ਇੱਕ ਕੋਣ 90 ਡਿਗਰੀ ਹੋਵੇ ਉਸ ਨੂੰ ਕੀ ਕਹਿੰਦੇ ਹਨ ਉੱਤਰ ਆਵੇਗਾ অপਸ਼ਨ A ਰਾਈਟ ਐਂਗਲਡ ਟ੍ਰਾਇੰਗਲ ਸਮਕੋਣੀ ਨੈਕਸਟ ਸ਼ੰਕੂ ਦੇ ਆਇਤਨ ਦਾ सूत्र की है वट इज़ द फॉर्मूला ऑफ वॉल्यूम ऑफ कॉन आंसर आएगा ऑप्शन बी वन अपॉन थ्री पाई आर स्केयर एच नैक्सट है क्लास साइज ऑफ एन इंटरवल फिफ्टीन टू ट्वेंटी इज सो उत्तर आएगा ऑप्शन सी फाइव नेक्स्ट क्वेश्चन आंकड़िया ਉਹ ਆંકੜੇ ਪੜ੍ਹ ਸਕਦੇ ਹੋ ਦਾ ਬਹੁਲਕ ਕੀ ਹੈ ਵੋਟ ਇਜ਼ ਦਾ ਮੋਡ ਆਫ ਡਾਟਾ ਸੋ ਆਨਸਰ ਆਵੇਗਾ ਆਪਸ਼ਨ ਸੀ 2 ਅ ਤੇ ਨੈਕਸਟ ਕੁਐਸਚਨ ਹੈ ਵੋਟ ਇਜ਼ ਦਾ ਸਮ ਆਫ 올 ਦਾ ਪ੍ਰੋਬੈਬਿਲਿਟੀਜ਼ ਆਫ ਐਨ ਇਵੈਂਟ ਆਨਸਰ ਆਵੇਗਾ ਆਪਸ਼ਨ ਏ 1 ਸੋ ਏ ਸੀ ਟੋਡੇ ਐਮ ਸੀ ਕਯੂ ਦੇ ਕੁਐਸਚਨਸ ਤੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਜੋ ਕਿ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦੇ ਹਨ ਇਸ ਤੋਂ ਬਾਅਦ ਨੇ ਆਪਣੇ ਕੋਲ ਸਹੀ ਗਲਤ ਸਹੀ ਗੱਲ ਤੇ ਚੁਣਨ ਵਾਲੇ ਕੁਐਸਚਨ ਹਰ ਇੱਕ ਪ੍ਰਸ਼ਨ 1 ਅੰਕ ਦਾ ਹੋਵੇਗਾ ਚੂਸ ਟrue or false ਈਚ ਕੁਐਸਚਨ ਕੈਰੀਜ਼ 1 ਮਾਰਕਸ ਕੁਐਸਚਨ ਫਸਟ ਹੈ √5 ਇਜ਼ ਐਨ ਇਰੈਸ਼ੀਨਲ ਨੰਬਰ ਸੋ ਆਨਸਰ ਆਵੇਗਾ ਟrue ਸੈਕੰਡ ਕੁਐਸਚਨ x³ x² 3 दो काटी बहुपद है ਆਨਸਰ ਆਵੇਗਾ ਫਾਲਸ ਤੀਸਰਾ ਕੁਐਸਚਨ ਨਿਰਦੇਸ਼ ਅੰਕ ਜਿਮਾਈਤੀ ਵਿੱਚ ਚਾਰ ਚੌਥਾਈਆਂ ਹੁੰਦੀਆਂ ਹਨ ਸੋ ਤੀਸਰੇ ਕੁਐਸਚਨ ਦਾ ਉੱਤਰ ਆਵੇਗਾ ਟ੍ਰੂ ਚੌਥਾ ਕੁਐਸਚਨ ਗ੍ਰਾਫ ਆਫ ਈਚ ਲੀਨੀਅਰ ਇਕੁਏਸ਼ਨ ਆਫ ਟੂ ਵੇਰੀਏਬਲ ਇਜ਼ ਅ ਸਟ੍ਰੇਟ ਲਾਈਨ ਸੋ ਚੌਥੇ ਕੁਐਸਚਨ ਦਾ ਉੱਤਰ ਆਵੇਗਾ ਟ੍ਰੂ ਪੰਜਵਾਂ ਕੁਐਸਚਨ 올 ਰਾਈਟ ਐਂਗਲਸ ਆਰ ਇਕੁਅਲ ਆਨਸਰ ਆਵੇਗਾ ਟ੍ਰੂ ਛੇਮਾ ਚੱਕਰ ਦੀ ਸਭ ਤੋਂ ਵੱਡੀ ਜੀਵਾ ਚੱਕਰ ਦਾ ਵਿਆਸ ਹੁੰਦੀ ਹੈ ਸੋ 6ਵੇਂ ਕੁਐਸਚਨ ਦਾ ਉੱਤਰ ਵੀ ਆਵੇਗਾ ਟ੍ਰੂ ਤੇ ਸਤਵਾਂ ਗੋਲੇ ਦਾ ਆਇਤਨ 4 ਪਾਈਰ ਸਕਰ ਹੁੰਦਾ ਹੈ ਉੱਤਰ ਆਵੇਗਾ ਫਾਲਸ ਨੈਕਸਟ ਹੈ ਸੰਭਾਵਨਾ ਕਦੇ ਵੀ 0 ਤੋਂ ਵੱਡੀ ਨਹੀਂ ਹੋ ਸਕਦੀ ਉੱਤਰ ਆਵੇਗਾ ਫਾਲਸ ਸੋ ਇਸ ਦਾ ਸਹੀ ਉੱਤਰ ਆਵੇਗਾ ਸੰਭਾਵਨਾ ਕਦੇ ਵੀ 1 ਤੋਂ ਵੱਡੀ ਨਹੀਂ ਹੋ ਸਕਦੀ ਇਸ ਤੋਂ ਬਾਅਦ ਨੇ ਆਪਣੇ ਕੋਲ ਤੀਸਰਾ ਕੁਐਸਚਨ ਖਾਲੀ ਥਾਵਾਂ ਭਰੋ ਨਾਲ ਸੰਬੰਧਿਤ ਹਰ ਇੱਕ ਪ੍ਰਸ਼ਨ 21 ਅੰਕ ਦਾ ਹੈ ਸੋ ਫਰਸਟ ਕੁਐਸਚਨ ਹੈ ਸਭ ਤੋਂ ਛੋਟੀ ਅਪਾਜ ਸੰਖਿਆ ਡੈਸ਼ ਹੁੰਦੀ ਹੈ ਦਾ স্মੋਲੇਸਟ ਪ੍ਰਾਈਮ ਨੰਬਰ ਇਜ਼ ਆਨਸਰ ਆਵੇਗਾ 2 2x plus 5 ਇਜ਼ ਅ ਡੈਸ਼ ਪੋਲੀਨੋਮੀਅਲ ਆਨਸਰ ਆਵੇਗਾ ਲੀਨੀਅਰ ਪੋਲੀਨੋਮੀਅਲ ਥਰਡ ਕੁਐਸਚਨ ਹੋਲ ਇਜ਼ ਡੈਸ਼ਡ ਦੈਨ ਇਟਸ ਪਾਰਟ ਆਨਸਰ ਆਵੇਗਾ ਗ੍ਰੇਟਰ ਦੈਨ ਇਟਸ ਪਾਰਟ ਫੋਰਥ ਇੱਕ ਸਰਲ ਕੋਣ ਡੈਸ਼ ਦੇ ਬਰਾਬਰ ਹੁੰਦਾ ਹੈ ਸੋ ਚੌਥੇ ਕੁਐਸਚਨ ਦਾ ਉੱਤਰ ਆਵੇਗਾ 180 ਡਿਗਰੀ ਪੰਜਵਾਂ ਕੁਐਸਚਨ देयर आर डैश एंगल्स ऑफ अ ट्रायंगल आंसर आवेगा 3 चतुर्भुज ਦੇ ਚਾਰ ਕੋਣਾਂ ਦਾ ਜੋੜ ਡੈਸ਼ ਹੁੰਦਾ ਹੈ आंसर ਆਵੇਗਾ 360 degree sum of four angles of an equilateral quadrilateral is answer avega 360 degree te chakkar da kendra chakkar dash vich sthit hunda hai center of a circle lies dash da circle answer avega interior next hai an equilateral triangle has dash equal sides answer avega three equal sides ਸੋ ਇਥੇ ਪਾਰਟ A ਕੰਪਲੀਟ ਹੁੰਦਾ ਹੈ ਸੋ ਇਹ ਸੀ ਪਾਰਟ A ਨਾਲ ਸੰਬੰਧਿਤ ਸਾਰੇ ਇੰਪੋਰਟੈਂਟ ਕੁਐਸਚਨਸ ਤੇ ਬਿਲਕੁਲ ਇਸੇ ਪੈਟਰਨ ਦੇ ਅਕੋਰਡਿੰਗ ਤੁਹਾਡਾ ਕੁਐਸਚਨ ਪੇਪਰ ਸੈੱਟ ਕੀਤਾ ਜਾਵੇਗਾ ਇਸ ਤੋਂ ਬਾਅਦ ਨੇ ਆਪਣੇ ਕੋਲ ਪਾਰਟ B ਨਾਲ ਸੰਬੰਧਿਤ ਕੁਐਸਚਨ ਹਰੇਕ ਪ੍ਰਸ਼ਨ 2 ਅੰਕ ਦਾ ਹੋਵੇਗਾ ਈਚ ਕੁਐਸਚਨ ਕੈਰੀਜ਼ 2 ਮਾਰਕਸ ਸੋ ਹੁਣ ਪਾਰਟ B ਤੋਂ ਸ਼ੁਰੂ ਕਰਦੇ ਹਾਂ ਕੁਐਸਚਨ ਚੌਥਾ 0.23 ਦੀ ਬਾਰ ਨੂੰ p q ਦੇ ਰੂਪ ਵਿੱਚ ਲਿਖੋ ਸੋ ਆਨਸਰ ਆਵੇਗਾ 23/99 ਤੇ ਨੈਕਸਟ ਸਟੇ ਪੰਜਵਾਂ ਕੁਐਸਚਨ ਲੋਕੇਟ ਦਾ ਪੁਆਇੰਟਸ 2 5 -1 4 -3 -2 ਤੇ 3 3 ਔਨ ਅ ਕਾਰਟੀਸ਼ੀਅਨ ਪਲੇਨ ਸੋ ਪੰਜਵੇਂ ਕੁਐਸਚਨ ਦਾ ਉੱਤਰ ਤੁਸੀਂ ਆਪ ਕਰਨਾ ਹੋਵੇਗਾ ਬਹੁਤ ਹੀ ਆਸਾਨ ਹੈ ਸੋ ਗ੍ਰਾਫ ਦੇ ਉੱਪਰ ਤੁਸੀਂ ਪੁਆਇੰਟਸ ਮਾਰਕ ਕਰਨੇ ਹੋਣਗੇ 2 5 ਜਿਸ ਤਰ੍ਹਾਂ ਤੇ ਉਸ ਤੋਂ ਬਾਅਦ -1 4 ਸੋ ਗ੍ਰਾਫ ਦੇ ਉੱਪਰ ਪੁਆਇੰਟਸ ਨੂੰ ਲੋਕੇਟ ਕਰਨੇ ਨੇ ਬਹੁਤ ਈਜ਼ੀ ਕੁਐਸ਼ਨ ਹੈ ਤੁਸੀਂ ਖੁਦ ਕਰ ਸਕਦੇ ਹੋ ਤੇ ਨਾਲ ਹੀ ਜਦ ਮੈਂ ਤੁਹਾਨੂੰ ਉੱਤਰ ਮੇਰੇ ਟੈਲੀਗ੍ਰਾਮ ਚੈਨਲ ਜੀਐਸ ਅਪਡੇਟਸ ਪੀਐਸਸੀਬੀ ਤੇ ਵੀ ਪ੍ਰੋਵਾਈਡ ਕਰ ਦਵਾਂਗਾ ਸੋ ਤੁਸੀਂ ਮੇਰੇ ਟੈਲੀਗ੍ਰਾਮ ਚੈਨਲ ਤੋਂ ਵੀ ਇਸ ਆਨਸਰ ਦੇਖ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲ ਕੁਐਸ਼ਨ 6ਵਾਂ ਫਾਈਂਡ ਫੋਰ ਸੋਲੂਸ਼ਨ ਆਫ ਐਨ ਇਕੁਏਸ਼ਨ 2x y 7 ਸੋ ਇਹ ਵੀ ਕਾਫੀ ਆਸਾਨ ਕੁਐਸ਼ਨ ਹੈ ਇਸ ਦਾ ਆਨਸਰ ਮੈਂ ਤੁਹਾਨੂੰ ਦਿਖਾ ਦੇਣਾ ਹਾਂ ਸੋ ਆਨਸਰ ਤੁਸੀਂ ਦੇਖ ਸਕਦੇ ਹੋ ਸੋਲੂਸ਼ਨ ਆਫ ਇਕੁਏਸ਼ਨ 2x+y=7 ਆਰ ਫਸਟ ਹੈ ਆਪਾਂ ਲੈਟ x=0 ਐਂਡ y=7 ਸੋ ਜਦ ਤੁਸੀਂ 2 ਨੂੰ ਨਾਲ x ਦੀ ਵੈਲਿਊ ਫਿਲ ਕਰੋਗੇ ਤਾਂ ਇੱਥੇ ਤੁਹਾਡਾ 0 ਰਹਿ ਜਾਵੇਗਾ ਤੇ y ਦੀ ਵੈਲਿਊ ਜਦ 7 ਹੋਵੇਗੀ ਤਾਂ 7=7 ਸੋ ਫਸਟ ਤੁਹਾਡਾ ਸੋਲੂਸ਼ਨ ਇਹ ਹੋ ਜਾਵੇਗਾ ਸੈਕੰਡ ਹੈ ਲੈਟ x=1 ਐਂਡ y=5 ਸੋ 2 ਮਲਟੀਪਲਾਈ ਬਾਈ 1 2 ਰਹਿ ਜਾਵੇਗਾ ਤੇ 5 ਸੋ 7 ਅਨਸਰ ਆ ਜਾਵੇਗਾ 3rd ਹੈ ಲೆਟ x 2 ਐਂਡ y 3 ਤੇ 4th ਸੋਲੂਸ਼ਨ ਆਵੇਗਾ ಲೆਟ x 3 ਐਂਡ y 1 ਸੋ ਐਸੀ ਤੁਹਾਡਾ ਪ੍ਰਸ਼ਨ 6ਵੇਂ ਦਾ ਉੱਤਰ 4 ਸੋਲੂਸ਼ਨਸ x 7 x 0 ਤੇ y 7 ਤੇ x 1 5 2 3 ਅਤੇ 3 1 ਸੋ ਐਸੀ 6ਵੇਂ ਦਾ ਉੱਤਰ ਆਪਾਂ ਨੈਕਸਟ ਕੁਐਸਚਨ ਵੱਲ ਹੁਦੇ ਹਾਂ ਪ੍ਰਸ਼ਨ 7ਵਾਂ ਸੋ ਪ੍ਰਸ਼ਨ 7ਵਾਂ ਹੈ ਫਾਈਂਡ x ਐਂਡ y ਐਂਡ ਪ੍ਰੂਵ ab ਪੈਰਲ ਟੂ cd ਸੋ ਇਹ ਤੁਹਾਨੂੰ ਡਾਇਗਰਾਮ ਦਿੱਤੀ ਗਈ ਹੈ ਇਸ ਦੇ ਉੱਪਰ ਤੁਹਾਨੂੰ ਕਿਹਾ ਗਿਆ ਹੈ ਕਿ x ਤੇ y ਤੁਸੀਂ ਫਾਈਂਡ ਕਰਨਾ ਹੈ ਤੇ ਨਾਲ ਹੀ ਪ੍ਰੂਵ ਕਰਨਾ ਹੈ ਕਿ ab ਪੈਰਲ ਟੂ cd ਸੋ 7ਵੇਂ ਕੁਐਸਚਨ ਦੇ ਆਨਸਰ ਵੱਲ ਵੱਧਦੇ ਹਾਂ ਸੋ 7ਵੇਂ ਕੁਐਸਚਨ ਦਾ ਆਨਸਰ ਦੇਖ ਸਕਦੇ ਹੋ ਹੇਅਰ एक्स प्लस फिफ्टी डिग्री इक्वल वन एटी डिग्री स्टेट लाइन है क्योंकि यह so, सो एक्स की वैल्यू आप फाइंड कर लवेंगे एक्स की वैल्यू अपने को वन थर्टी डिग्री आ जाएगी इस तो बाद वाई वैल्यू फाइंड कर लवेंगे एंड वाई इक्वल वन थर्टी डिग्री वर्टिकली ओपोजिट ने बिकॉज सो एक्स टू एंगल वाई इक्वल वन थर्टी डिग्री सो यूजिंग थियोरम इफ टू लाइनस आर कट बाय अ ट्रांसवर्सल एंड एन अल्टरनेटिव ਅਲਟਰਨੇਟ ਇੰਟੀਰੀਅਰ ਐਂਗਲਸ ਆਰ ਕੋਂਗਰੈਂਟ ਦਾ ਲਾਈਨਸ ਆਰ ਪੈਰਲਲ ਸੋ ਥਿਓਰਮ ਦੇ ਅਕੋਰਡਿੰਗ ਜੇਕਰ ਅਲਟਰਨੇਟ ਐਂਗਲਸ ਇਕੁਅਲ ਨੇ ਤਾਂ ਲਾਈਨਸ ਪੈਰਲਲ ਨੇ ਸੋ ਥਸ AB ਪੈਰਲਲ ਟੂ CD ਸੋ ਇਹ ਸੀ ਤੁਹਾਡਾ ਪ੍ਰਸ਼ਨ 7ਵੇਂ ਦਾ ਉੱਤਰ ਇਸ ਨੂੰ ਤੁਸੀਂ ਕੰਪਲੀਟਲੀ ਨੋਟ ਕਰ ਸਕਦੇ ਹੋ ਸੋ ਬੋਥ ਇੰਗਲਿਸ਼ ਐਂਡ ਪੰਜਾਬੀ ਯੂਨੀਅਨ ਦੇ ਵਿੱਚ ਆਨਸਰ ਦਾ ਸੇਮ ਹੀ ਹੋਵੇਗਾ ਕੁਐਸਚਨ ਮੈਂ ਤੁਹਾਨੂੰ ਇੰਗਲਿਸ਼ ਐਂਡ ਪੰਜਾਬੀ ਯੂਨੀਅਨ ਦੇ ਵਿੱਚ ਦਿਖਾ ਰਿਹਾ ਹਾਂ ਵੀਡੀਓ ਨੂੰ ਆਪਣੇ ਦੋਸਤੋ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਬਿਕੋਜ਼ ਮੋਸਟ ਇੰਪੋਰਟੈਂਟ ਕੁਐਸ਼ਨ ਨੇ ਤੇ ਉਹ ਵੀ ਆਪਣੇ ਐਗਜ਼ਾਮ ਦੀ ਤਿਆਰੀ ਇਸ ਨਾਲ ਕਾਫੀ ਚੰਗੀ ਤਰ੍ਹਾਂ ਕਰ ਸਕਦੇ ਹਨ ਨੈਕਸਟ ਕੁਐਸ਼ਨ ਵੱਲ ਬਦਦੇ ਹਾਂ ਪ੍ਰਸ਼ਨ 8ਵਾਂ ਪ੍ਰਸ਼ਨ 8ਵਾਂ ਹੈ ਟ੍ਰਾਇੰਗਲ ABC ਸਮਕੋਣੀ ਤ੍ਰਿਭੁਜ ਹੈ ਜਿਸ ਵਿੱਚ A, B, A 90 ਡਿਗਰੀ AB AC ਹੈ ਅਤੇ ਐਂਗਲ B ਅਤੇ ਐਂਗਲ C ਪਤਾ ਕਰੋ ਸੋ ਪ੍ਰਸ਼ਨ 8 ਦੇ ਉੱਤਰ ਦੇ ਵੱਲ ਵਧਦੇ ਹਾਂ 8th ਕੁਐਸਚਨ ਦਾ ਆਨਸਰ ਸੋ 8th ਕੁਐਸਚਨ ਦਾ ਆਨਸਰ ਚੈੱਕ ਕਰ ਸਕਦੇ ਹਾਂ ਇਟ ਇਜ਼ 기ਵਨ ਦੈਟ AB AC ਸੋ ਕੁਐਸਚਨ ਦੇ ਵਿੱਚ ਕੀ ਆ ਗਿਆ ਹੈ ਕਿ AB AC ਦੇ ਬਰਾਬਰ ਹੈ ਸੋ ਐਂਗਲ C ਇਕੁਅਲ so, ਐਂਗਲ B ਐਂਗਲਸ ਆਪੋਜ਼ਿਟ ਟੂ ਇਕੁਅਲ ਸਾਈਡ ਆਰ ਆਲਸੋ ਇਕੁਅਲ ਇਨ ਟ੍ਰਾਇੰਗਲ ABC ਐਂਗਲ A ਐਂਗਲ B ਐਂਗਲ C 180 ਡਿਗਰੀ ਐਂਗਲ ਸਮ ਪ੍ਰੋਪਰਟੀ ਦੇ ਅਕੋਰਡਿੰਗ ਸੋ ਐਂਗਲ A ਦੀ ਵੈਲਿਊ ਆਪਣੇ ਕੋਲ 90 ਡਿਗਰੀ ਦਿੱਤੀ ਗਈ ਹੈ ਸੋ ਐਂਗਲ B ਐਂਗਲ C ਐਂਗਲ B ਤੇ ਐਂਗਲ C ਆਪਾਂ ਨੂੰ ਪਹਿਲਾਂ ਹੀ ਕਹ ਦਿੱਤਾ ਗਿਆ ਸੀ ਇਕੁਅਲ ਹੈ ਸੋ ਆਪਾਂ ਐਂਗਲ C ਦੀ ਜਗ੍ਹਾ ਵੀ ਆਪਾਂ ਐਂਗਲ B ਫਿਲ ਕਰ ਸਕਦੇ ਹਾਂ ਸੋ 90 ਨੂੰ ਆਪਾਂ 180 ਦੇ ਵਿੱਚੋਂ ਸਬਟ੍ਰੈਕਟ ਕਰ ਦਵਾਂਗੇ ਤਾਂ 90 ਆ ਜਾਵੇਗਾ ਤੇ 2 2 ਐਂਗਲ B 90 ਡਿਗਰੀ ਸੋ so, B ਦੀ ਵੈਲਿਊ ਆਪਣੇ ਕੋਲ 45 ਆ ਜਾਵੇਗੀ ਐਂਗਲ B ਐਂਗਲ C ਆਪਾਂ ਨੂੰ ਪਹਿਲਾਂ ਹੀ ਪਤਾ ਹੈ ਸੋ 45 ਡਿਗਰੀ ਆਪਣੇ ਕੋਲ ਆਨਸਰ ਆ ਜਾਵੇਗਾ। ਕਾਫੀ ਆਸਾਨ ਕੁਐਸ਼ਨ ਨੇ। ਨੈਕਸਟ ਪ੍ਰਸ਼ਨ ਨੋਮਾ। ਪ੍ਰਸ਼ਨ ਨੋਮਾ ਹੈ ਇੱਕ ਚਤੁਰਭੁਜ ਦੇ ਤਿੰਨ ਕੋਣ 75 ਡਿਗਰੀ, 90 ਡਿਗਰੀ ਅਤੇ 75 ਡਿਗਰੀ ਹਨ ਤਾਂ ਚੌਥਾ ਕੋਣ ਪਤਾ ਕਰੋ। ਸੋ ਨੋਵੇਂ ਕੁਐਸ਼ਨ ਦੇ ਆਨਸਰ ਵੱਲ ਵੱਧਦੇ ਹਾਂ। let the fourth angle be x so ਪਹਿਲਾਂ ਤਿੰਨ ਐਂਗਲ ਦਿੱਤੇ ਗਏ ਹਨ 75 ਡਿਗਰੀ 90 ਡਿਗਰੀ ਅਤੇ 75 ਡਿਗਰੀ ਤੇ ਜਿਹੜਾ ਫੋਰਥ ਐਂਗਲ ਹੈ ਉਹ ਆਪਾਂ x ਮੰਨ ਲਵਾਂਗੇ so 75 plus 90 plus 75 240 ਡਿਗਰੀ x 360 so x 360 240 so x ਦੀ ਵੈਲਿਊ ਆਪਣੇ ਕੋਲ 120 ਡਿਗਰੀ ਆ ਜਾਵੇਗੀ so ਫੋਰਥ ਐਂਗਲ ਆਪਣੇ ਕੋਲ 120 ਡਿਗਰੀ ਆਨਸਰ ਤੁਸੀਂ ਨੋਟ ਕਰ ਸਕਦੇ ਹੋ ਕਾਫੀ ਹੀ ਆਸਾਨ ਕੁਐਸਚਨ ਸੈਂਪਲ ਪ੍ਰਸ਼ਨ ਦਿੱਤੇ ਗਏ ਹਨ ਸੋ ਇਸੇ ਤਰ੍ਹਾਂ ਤੁਹਾਨੂੰ ਐਗਜ਼ਾਮ ਦੇ ਵਿੱਚ ਵੀ ਕਾਫੀ ਆਸਾਨੀ ਨਾਲ ਤੁਸੀਂ ਆਨਸਰਸ ਸੋਲਵ ਕਰ ਪਾਉਗੇ ਪ੍ਰਸ਼ਨ 10ਵਾਂ ABCD ਇੱਕ ਚੱਕਰੀ ਚਤੁਰਭੁਜ ਹੈ ਜਿਸ ਵਿੱਚ ਐਂਗਲ ADC 130 ਡਿਗਰੀ ਹੋਵੇ ਤਾਂ ਐਂਗਲ CBA ਪਤਾ ਕਰੋ ਸੋ 10ਵੇਂ ਦਾ ਕੁਐਸਚਨ ਦਾ ਉੱਤਰ ਵੀ ਤੁਸੀਂ ਖੁਦ ਕਰਨਾ ਹੋਵੇਗਾ ਬਹੁਤ ਹੀ ਆਸਾਨ ਕੁਐਸਚਨ ਹੈ ਇਹਦਾ ਜੋ ਆਨਸਰ ਹੈ ਉਹ ਮੈਂ ਤੁਹਾਨੂੰ ਇੱਕ ਵਾਰ ਟੈਲੀਗ੍ਰਾਮ ਚੈਨਲ ਤੇ ਵੀ ਪ੍ਰੋਵਾਈਡ ਕਰ ਦਵਾਂਗਾ ਸੋ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ ਜੀਐਸ ਅਪਡੇਟਸ ਪੀਐਸਸੀ ਬਿਨਾ ਉਹਦੇ ਟੈਲੀਗ੍ਰਾਮ ਦਾ ਚੈਨਲ ਹੈ ਸੋ ਉੱਥੋਂ ਤੁਸੀਂ ਜਵਾਬ ਨੋਟ ਕਰ ਸਕਦੇ ਹੋ ਕਾਫੀ ਆਸਾਨ ਕੁਐਸਚਨ ਹੈ ਤੁਸੀਂ ਆਪੋ ਹੀ ਜਵਾਬ ਖੁਦ ਕਰ ਸਕਦੇ ਹੋ 11ਵਾਂ ਕੁਐਸਚਨ ਵੱਲ ਬੱਧੇ ਹਾਂ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ ਤਾਂ ਪਾਸੇ ਉੱਤੇ ਅਪਾਜ ਸੰਖਿਆ ਆਉਣ ਦੀ ਸੰਭਾਵਨਾ ਪਤਾ ਕਰੋ ਸੋ 11ਵਾਂ ਕੁਐਸਚਨ ਦੇ ਆਨਸਰ ਵੱਲ ਬੱਧੇ ਹਾਂ ਗੈਰਮੇ ਕੁਐਸਚਨ ਆਨਸਰ ಲೆਟ S ਬੀ ਦਾ ਸਿੰਪਲ ਸਪੇਸ ਸੋ S ਇਕੁਅਲ ਸੋ ਜੋ ਡਾਈਸ ਦੇ ਉੱਪਰ 1 6th ਦੀ ਮਾਰਕਿੰਗ ਹੁੰਦੀ ਹੈ ਸੋ ਆਪਾਂ S ਇਕੁਅਲ ਟੂ 1 2 3 4 5 6 ਲਿਖਾਵਾਂਗੇ ਸੋ N 5 ਇਕੁਅਲ ਟੂ 6 NS ਇਕੁਅਲ ਟੂ 6 ಲೆਟ A B ਐਨ ਇਵੈਂਟ ਆਫ ਗੈਟਿੰਗ ਪ੍ਰਾਈਮ ਨੰਬਰ ਪ੍ਰਾਈਮ ਨੰਬਰ ਔਨ ਡਾਈਸ ਆਰ ਸੋ 2 3 ਅਤੇ 5 ਪ੍ਰਾਈਮ ਨੰਬਰ ਨੇ ਜੋ ਕਿ ਡਾਈਸ ਉੱਪਰ ਲਿਖੇ ਹੁੰਦੇ ਹਨ ਐਨ ਏ ਇਕੁਅਲ 3 ਆ ਜਾਵੇਗਾ ਆਪਣੇ ਕੋਲ ਫਿਰ ਦੈਨ ਪੀ ਏ ਇਕੁਅਲ ਐਨ ਏ ਅਪਾਨ ਐਨ ਐਸ ਸੋ ਐਨ ਏ ਆਪਣੇ ਕੋਲ 3 ਦਿੱਤਾ ਗਿਆ ਹੈ ਤੇ ਐਨ ਐਸ ਜੋ ਆਪਣੇ ਕੋਲ 6 ਹੈ ਸੋ ਆਨਸਰ ਆ ਜਾਵੇਗਾ 1 ਅਪਾਨ 2 ਹੈਂਸ ਦ ਪ੍ਰੋਬੈਬਿਲਟੀ ਆਫ ਗੈਟਿੰਗ ਪ੍ਰਾਈਮ ਨੰਬਰ ਇਜ਼ 1 ਅਪਾਨ 2 ਆਨਸਰ ਸੋ ਇਹ ਵੀ ਕਾਫੀ ਆਸਾਨ ਕੁਐਸਚਨ ਸੀ ਤੁਹਾਨੂੰ ਆਨਸਰ ਇਜ਼ ਆ ਸ਼ੋ ਕਰ ਦਿੱਤਾ ਹੈ ਨੈਕਸਟ ਕੁਐਸ਼ਨ ਵੱਲ ਵੱਧਦੇ ਹਾਂ ਨੈਕਸਟ 12th ਕੁਐਸ਼ਨ ਵੱਲ ਵੱਧਦੇ ਹਾਂ ਸੋ ਇੱਥੇ ਤੁਹਾਡਾ ਪਾਰਟ B ਕੰਪਲੀਟ ਹੋ ਜਾਂਦਾ ਹੈ ਇਸ ਤੋਂ ਬਾਅਦ ਆਪਣੇ ਕੋਲ ਪਾਰਟ C ਹਰ ਇੱਕ ਪ੍ਰਸ਼ਨ 4 ਅੰਕ ਦਾ ਹੈ ਕੁਐਸ਼ਨ 12th ਫ਼ੈਕਟਰਾਇਜ਼ 3x² 10x 8 ਜਿਸ ਤੋਂ ਚੋਇਸ ਦਿੱਤੀ ਗਈ ਹੈ ਔਰ ਫੈਕਟਰਾਈਜ਼ 4y² 4y, 4Y 1 ਸੋ ਇਸ ਦਾ ਉੱਤਰ ਸਾਧਨ ਕਾਫੀ ਆਸਾਨ ਕੁਐਸਚਨ ਹੈ 12th ਕੁਐਸਚਨ ਦੇ ਆਨਸਰ ਵੱਲ ਵਧਦੇ ਹਾਂ ਸੋ 12th ਕੁਐਸਚਨ ਦਾ ਜੋ ਫਸਟ ਪਾਰਟ ਦਿੱਤਾ ਗਿਆ ਆਪਾਂ ਨੂੰ 3x² 10x 8 0 ਸੋ 3x² ਜੋ ਆਪਾਂ ਨੂੰ -10x ਦਿੱਤਾ ਗਿਆ ਇਸ ਨੂੰ ਆਪਾਂ -4x minus -6x ਲਿਖ ਕੇ ਵਿਕਾਸ ਕਰਦੇ ਹਾਂ ਸੋ 3x2 4x minus 6x 8 0 ਸੋ ਇਹਦੇ ਵਿੱਚ ਆਪਾਂ x ਕਾਮਨ ਕੱਢ ਲਿਆ ਹੈ 3x 4 ਤੇ ਸੈਕਿੰਡ ਦੇ ਵਿੱਚੋਂ ਆਪਾਂ -2 ਨੂੰ ਕਾਮਨ ਕੱਢ ਕੇ 3x 4 ਬ੍ਰੈਕਟ ਦੇ ਵਿੱਚ ਆ ਜਾਂਦਾ ਹੈ ਸੋ ਆਪਣੇ ਕੋਲ x 2 ਅਤੇ 3x 4 ਆਨਸਰ ਆ ਜਾਂਦਾ ਹੈ ਔਰ ਜੋ ਪਾਨੂੰ ਸੈਕਿੰਡ ਦੇ 12th ਕੁਐਸਚਨ ਦਾ ਪਾੜ ਦਿੱਤਾ ਗਿਆ ਉਸ ਦਾ ਵੀ ਆਨਸਰ ਦਿਖਾ ਦੇਣਾ ਹੈ ਸੋ -4y ਨੂੰ ਆਪਾਂ -2y -2y ਵੀ ਲਿਖ ਸਕਦੇ ਹਾਂ ਸੋ 4y2 2y 1 2y ਆਪਾਂ ਫਸਟ ਦੇ ਵਿੱਚੋਂ ਕਾਮਨ ਕੱਢ ਲਵਾਂਗੇ ਸੋ 2y 1 ਰਹਿ ਜਾਂਦਾ ਬ੍ਰੈਕਟ ਦੇ ਵਿੱਚ ਤੇ ਸੈਕੰਡ ਦੇ ਵਿੱਚੋਂ -1 ਕਾਮਨ ਕੱਢ ਕੇ 2y 1 ਬ੍ਰੈਕਟ ਦੇ ਵਿੱਚ ਆ ਜਾਵੇਗਾ ਸੋ ਦੋਨਾਂ ਦੇ ਵਿੱਚ ਆਪਣੇ ਕੋਲ 2y 1 2y 1 ਬਚ ਗਿਆ ਸੋ ਆਪਾਂ ਇਸ ਨੂੰ 2y 1 ਦੀ ਹੋਲ ਸਕੁਅਰ ਵੀ ਲਿਖ ਸਕਦੇ ਹਾਂ ਸੋ ਇਹ ਆਪਣੇ ਕੋਲ ਆਨਸਰ ਆ ਜਾਵੇਗਾ کافی ਆਸਾਨ ਕੁਸ਼ਣ ਹੈ ਦੋਨੋਂ ਦੇ ਵਿੱਚੋਂ ਚੋਇਸ ਦਿੱਤੀ ਗਈ ਹੈ ਐਗਜ਼ਾਮ ਦੇ ਵਿੱਚ ਤੁਸੀਂ ਕਿਸੇ ਵੀ ਇੱਕ ਦਾ ਉੱਤਰ ਕਰ ਸਕਦੇ ਹੋ ਨੈਕਸਟ 13th ਕੁਐਸਚਨ 13th ਕੁਐਸਚਨ ਹੈ ਸਿੱਧ ਕਰੋ ਕਿ ਤ੍ਰਿਭੁਜ ਦੇ ਤਿੰਨ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ ਪ੍ਰੂਵਡ ਐਟ ਦਾ ਸਮ ਆਫ 3 ਐਂਗਲਸ ਆਫ ਅ ਟ੍ਰਾਇੰਗਲ ਇਜ਼ 180 ਡਿਗਰੀ ਜਾਫਰ ਇਸ ਦੇ ਚੁਆਇਸ ਚੋਇਸ ਦਿੱਤੀ ਗਈ ਹੈ ਸਿੱਧ ਕਰੋ ਕਿ ਤ੍ਰਿਭੁਜ ਦਾ ਬਾਹਰਲਾ ਕੋਣ ਇਸ ਤੇ ਦੋ ਅੰਦਰਲੇ ਸੰਮੁਖ ਕੋਣਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ਸੋ 13th ਕੁਐਸਚਨ ਦੇ ਅਨਸਰ ਵੱਲ ਵਧਦੇ ਹਾਂ ਦੋਨੋਂ ਦੇ ਵਿੱਚੋਂ ਚੁਆਇਸ ਹੈ ਕੋਈ ਵੀ ਇੱਕ ਕਰ ਸਕਦੇ ਹੋ ਸੋ 13th ਕੁਐਸਚਨ ਦਾ ਜੋ ਫਸਟ ਪਾਰਟ ਹੈ ਆਪਣੇ ਕੋਲ ਪ੍ਰੂਵਡ ਐਟ ਦਾ ਸਮ ਆਫ ਐਂਗਲਸ ਆਫ ਟ੍ਰਾਇੰਗਲ ਇਜ਼ 180 ਡਿਗਰੀ ਲੈਟ ਦਾ ਟ੍ਰਾਇੰਗਲ ABC ਐਂਡ ਡਰੋ ਲਾਈਨ 1 थ्रू ए एंड पैरेलल टू बेस बी सो डायग्राम चेक ਕਰ ਸਕਦੇ ਹਾਂ ਇਸ ਤੋਂ ਬਾਅਦ ਇਸ ਦਾ ਕੰਪਲੀਟ ਆਨਸਰ ਵੀ ਮੈਂ ਤੁਹਾਨੂੰ ਸਕਰੋਲ ਕਰਕੇ ਦਿਖਾ ਦੇਣਾ ਸੋ ਥਿਉਰਮ ਪ੍ਰੂਫ ਕਰਨੀ ਹੈ ਸੋ ਇਸ ਤਰ੍ਹਾਂ ਤੁਸੀਂ ਕਾਫੀ ਆਸਾਨੀ ਨਾਲ ਇਸ ਦਾ ਆਨਸਰ ਕਰ ਸਕਦੇ ਹੋ ਪੂਰਾ ਆਨਸਰ ਮੈਂ ਤੁਹਾਨੂੰ ਸਕਰੋਲ ਕਰਕੇ ਦਿਖਾ ਦੇਣਾ ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਕਿ ਤੁਸੀਂ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਬਿਕੋਜ਼ ਇਸ ਚੈਨਲ ਦੇ ਉੱਪਰ ਤੁਹਾਨੂੰ ਇਸੇ ਤਰ੍ਹਾਂ ਸਾਰੀ ਤਿਆਰੀ ਕਰਵਾਈ ਜਾਵੇਗੀ ਸੋ ਇਹ ਸੀ ਫਰਸਟ ਪਾਰਟ ਦਾ ਆਨਸਰ ਤੇ ਸੈਕਿੰਡ ਦਾ ਵੀ ਆਨਸਰ ਤੁਸੀਂ ਨੋਟ ਕਰ ਸਕਦੇ ਹੋ ਸੋ ਇਸ ਤਰ੍ਹਾਂ ਡਾਇਗਰਾਮ ਬਣਾ ਲੈਣੀਏ ਇਸ ਤੋਂ ਬਾਅਦ ギਵਨ ਟੂ ਪ੍ਰੂਵ ਤੇ ਇਸ ਤੋਂ ਬਾਅਦ ਕੰਪਲੀਟ ਪ੍ਰੂਫ ਮੈਂ ਤੁਹਾਨੂੰ ਦਿਖਾ ਦੇਣਾ ਹਾਂ so angle prs equal angle rpq plus pqr apne ko answer aa jaavega hence proved next 14th question uh, 14th question hai angles of a quadrilateral are in a ratio 3 5 9 13 find it all find its all angles so kafi hi asaan question hai 14th question de solve karte ha ਸੋ ਜੇ ਵੀ ਸਿੰਪਲੀ ਤੁਸੀਂ 3x प्लस 5x प्लस 9x प्लस 13x 360 ਡਿਗਰੀ ਰੱਖ ਲੈਣਾ ਹੈ ਜੋ ਤੁਹਾਨੂੰ ਰੇਸ਼ੀ ਦਿੱਤੀ ਗਈ ਹੈ ਉਸ ਨੂੰ ਤੁਸੀਂ ਪਲੱਸ ਕਰਕੇ 30x 360 ਡਿਗਰੀ ਸੋ so, x 360 ਡਿਗਰੀ 30 ਸੋ ਜਦੋਂ ਤੁਸੀਂ ਇਸ ਨੂੰ ਡਿਵਾਈਡ ਕਰੋਗੇ ਤਾਂ ਤੁਹਾਡੇ ਕੋਲ 12 ਆ ਜਾਵੇਗਾ ਸੋ x ਦੀ ਵੈਲਿਊ ਆਪਣੇ ਕੋਲ 12 ਆ ਗਈ ਹੈ ਸੋ 3x ਦੇ ਵਿੱਚ ਤੁਸੀਂ ਜਿਵੇਂ x ਦੀ ਵੈਲਿਊ ਫਿਲ ਕਰ ਦਵੋਗੇ x ਦੀ ਵੈਲਿਊ 12 ਸੀ si. ਸੋ so, 3 12 36° ਸੋ ਇਸੇ ਤਰ੍ਹਾਂ x ਦੀ ਵੈਲਿਊ ਤੁਸੀਂ ਫਿਲ ਕਰਕੇ ਰੇਸ਼ੀਓ ਦੇ ਵਿੱਚ ਕੰਪਲੀਟ ਆਨਸਰ ਚਾਰੇ ਐਂਗਲਸ ਫਾਈਂਡ ਕਰ ਸਕਦੇ ਹੋ ਸੋ ਐਸੀ ਤੁਹਾਡਾ 14th ਕੁਐਸਚਨ ਦਾ ਆਨਸਰ ਸੋ ਉਮੀਦ ਕਰਦਾ ਨੂੰ ਸਾਰੇ ਕੁਐਸਚਨ ਸਮਝ ਆ ਰਹੇ ਹੋਣਗੇ ਨੈਕਸਟ 15th ਕੁਐਸਚਨ ਦੇ ਵੱਲ ਵਧਦੇ ਹਾਂ 15th ਕੁਐਸਚਨ ਹੈ ਕੰਸਟਰਕਟ ਅ ਟ੍ਰਾਇੰਗਲ abc in which bc equal 7 cm angle b 75 cm ab plus ac equal 13 cm is which you chah di gayi hai jahan fir construct angle of 60 degree and 30 degree with the help of ruler and compass so dono de vich tosi koi bhi ek kar sakde ho so answer de wale bad de ha 15th de to pehla first part check kar sakde ho ਦਾ ਸਟੈਪਸ ਟੂ ਡਰਾ ਦਾ ਟ੍ਰਾਇੰਗਲ ਆਫ ਅ ਗਿਵਨ ਮੈਜ਼ਰਮੈਂਟ ਇਜ਼ ਐਸ ਫੋਲੋਸ ਸੋ ਪਹਿਲਾਂ ਤੁਸੀਂ ਇੱਕ ਲਾਈਨ ਸੈਗਮੈਂਟ ਬਣਾਣੀ ਹੈ BC 7 ਸੈਂਟੀਮੀਟਰ ਫਿਰ ਮੀਜ਼ਰ ਐਂਡ ਡਰਾ ਐਂਗਲ B 75 ਡਿਗਰੀ ਐਂਡ ਡਰਾ ਦਾ ਰੇ BX ਏ ਕਾ ਕੰਪਸ ਐਂਡ ਮੀਜ਼ਰ AB ਪਲੱਸ AC ਇਕੁਅਲ 13 ਸੈਂਟੀਮੀਟਰ ਸੋ ਕੰਪਲੀਟ ਸਟੈਪਸ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਡਾਇਗਰਾਮ ਵੀ ਮੈਂ ਤੁਹਾਨੂੰ ਚੈੱਕ ਕਰਾ ਦੇਣਾ ਹਾਂ ਸੋ ਇਹ ਕੰਪਲੀਟ ਡਾਇਗਰਾਮ ਇਸ ਨੂੰ ਤੁਸੀਂ ਚਾਹੇ ਤਾਂ ਸਕਰੀਨਸ਼ਾਟ ਵੀ ਲੈ ਕੇ ਰੱਖ ਸਕਦੇ ਹੋ ਤੇ ਨਾਲ ਹੀ ਟੈਲੀਗ੍ਰਾਮ ਦੇ ਉੱਪਰ ਵੀ ਮੈਂ ਤੁਹਾਨੂੰ ਇਸ ਆਨਸਰ ਪ੍ਰੋਵਾਈਡ ਕਰ ਦਵਾਂਗਾ ਸੋ ਕੰਪਲੀਟ ਡਾਇਗਰਾਮ ਤੁਸੀਂ ਜੀ ਨੋਟ ਕਰ ਸਕਦੇ ਹੋ ਤੇ ਨੈਕਸਟ ਪਾਰਟ ਵੀ ਤੁਹਾਨੂੰ ਦਿਖਾ ਦੇਣਾ ਜਾਂ ਫਿਰ ਅ ਐਂਗਲ 60 ਡਿਗਰੀ ਦਾ ਬਣਾਉਣ ਦੇ ਲਈ ਕੀ ਆ ਗਿਆ ਸੀਗਾ ਸੋ ਇਸ ਦੇ ਵੀ ਤੁਸੀਂ ਪਹਿਲਾਂ ਡਾਇਗਰਾਮ ਚੈੱਕ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਕੰਪਲੀਟ ਸਟੈਪਸ ਮੈਂ ਤੁਹਾਨੂੰ ਦਿਖਾ ਦੇਣਾ ਹਾਂ ਸੋ so, ਇਹਨੇ 60 ਡਿਗਰੀ ਬਣਾਉਣ ਦੇ ਲਈ ਕੰਪਲੀਟ ਸਟੈਪਸ ਤੇ ਇਸ ਤੋਂ ਬਾਅਦ ਹੈ 30 ਡਿਗਰੀ ਬਣਾਉਣ ਦੇ ਲਈ ਐਂਗਲ 30 ਡਿਗਰੀ ਸਟੈਪਸ ਆਫ ਕੰਸਟਰਕਸ਼ਨ ਦੇ ਇਜ਼ੀ ਵੀ ਡਾਇਗਰਾਮ ਤੁਸੀਂ ਚੈੱਕ ਕਰ ਸਕਦੇ ਹੋ ਐਂਗਲ ABF ਇਕੁਅਲ 60/2 ਇਕੁਅਲ 30 ਡਿਗਰੀ ਸੋ ਇਹ ਸੈਕੰਡ ਡਾਇਗਰਾਮ ਨੈਕਸਟ ਕੁਐਸਚਨ ਦੇ ਵੱਲ ਵਧਦੇ ਹਾਂ 16th ਕੁਐਸਚਨ ਇੱਕ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਭੁਜਾਵਾਂ 8 ਸੈਂਟੀਮੀਟਰ 11 ਸੈਂਟੀਮੀਟਰ ਅਤੇ 13 ਸੈਂਟੀਮੀਟਰ ਹਨ। ਸੋ ਕਾਫੀ ਆਸਾਨ ਕੁਐਸਚਨ ਹੈ। 16th ਕੁਐਸਚਨ ਦੇ ਅਨਸਰ ਵੱਲ ਵੱਧਦੇ ਹਾਂ। ਅ ਫਰਸਟ ਫਾਈਂਡ ਦਾ ਪੈਰੀਮੀਟਰ ਆਫ ਦਾ 기ਵਨ ਟ੍ਰਾਇੰਗਲ। ਪੈਰੀਮੀਟਰ ਆਫ ਅ ਟ੍ਰਾਇੰਗਲ ਇਕੁਅਲ ਸਮ ਆਫ 올 ਸਾਈਡਸ। ਸੋ ਸਾਈਡਸ ਆਪਣੇ ਕੋਲ 8, 11 ਐਂਡ 13 ਦਿੱਤੇ ਹੋਏ ਹਨ। ਸੋ ਪੈਰੀਮੀਟਰ ਆਪਣੇ ਕੋਲ 32 ਆ ਜਾਂਦਾ ਹੈ। ਦੈਨ ਫਾਈਂਡ S ਇਕੁਅਲ b upon 2 132 ਆਪਣੇ ਕੋਲ ਪੈਰੀਮੀਟਰ ਸੀ 132 upon 2 16 ਸੋ ਇਸ ਤੋਂ ਬਾਅਦ ਤੁਸੀਂ ਹੀਰੋਨਸ ਦਾ ਫਾਰਮੂਲਾ ਲਗਾ ਲੈਣਾ ਹੈ ਸੋ ਹੀਰੋਨਸ ਦਾ ਫਾਰਮੂਲਾ ਹੁੰਦਾ ਹੈ ਅੰਡਰੂਟ s s -A, s a s b s c ਵੇਅਰ a b c ਆਰ ਦਾ ਸਾਈਡਸ ਆਫ ਟ੍ਰਾਇੰਗਲ ਸੋ ਸਾਈਡਸ ਆਪਣੇ ਕੋਲ ਪਹਿਲਾਂ ਹੀ ਪਤਾ ਹਨ ਤੇ s ਆਪਾਂ ਨੇ ਫਾਈਂਡ ਕਰ ਲਿਆ ਹੈ ਜੋ ਕਿ 16 ਹੈ ਸੋ ਇਸ ਤੋਂ ਬਾਅਦ ਤੁਸੀਂ ਵੈਲਿਊਜ਼ ਪੁੱਟ ਕਰਕੇ ਕੰਪਲੀਟ ਆਨਸਰ ਫਾਈਂਡ ਕਰ ਲਵੋਗੇ ਸੋ ਆਨਸਰ ਆ ਜਾਵੇਗਾ ਆਪਣੇ ਕੋਲ √1920 ਸੋ ਇਸੀ 16th ਕੁਐਸਚਨ ਦਾ ਆਨਸਰ ਨੈਕਸਟ ਆਪਣੇ ਕੋਲ ਪਾਰਟ ਡੀ ਸਟਾਰਟ ਹੋ ਜਾਂਦਾ ਹੈ ਸੋ ਪਾਰਟ ਡੀ ਦੇ ਵਿੱਚ ਹਰੇਕ ਪ੍ਰਸ਼ਨ ਨੂੰ 6 ਅੰਕ ਦਾ ਹੋਵੇਗਾ ਈਚ ਕੁਐਸਚਨ ਕੈਰੀਜ਼ 6 ਮਾਰਕਸ ਸੋ 17th ਕੁਐਸਚਨ ਗੋਲੇ ਦਾ আয়ਤਨ ਪਤਾ ਕਰੋ ਜਿਸ ਦਾ ਖੇਤਰਫਲ 154 ਸੈਂਟੀਮੀਟਰ ਸquare ਹੈ ਜਾਂ ਫਿਰ ਚੌਥੀਤੀ ਗਈ ਹੈ ਔਰ ਮਾਚਰੀ ਡੱਬੀ ਦਾ মাপ 4 ਸੈਂਟੀਮੀਟਰ 2.5 ਸੈਂਟੀਮੀਟਰ 1.5 ਸੈਂਟੀਮੀਟਰ ਹੈ ਅਜੇ ਹੀਆਂ 12 ਡੱਬਿਆਂ ਦੇ ਪੈਕੇਜ ਦਾ আয়ਤਨ ਪਤਾ ਕਰੋ ਸੋ 17th ਕੁਐਸਚਨ ਦੇ ਦੋਨੋਂ ਪਾਰਟਸ ਆਨਸਰ ਦਿਖਾ ਦੇਣਾ ਐਗਜ਼ਾਮ ਦੇ ਵਿੱਚ ਕਿਸੇ ਵੀ ਇੱਕ ਦਾ ਉੱਤਰ ਤੁਸੀਂ ਦੇ ਸਕਦੇ ਹੋ ਸੋ ਫਸਟ ਪਾਰ ਚੈੱਕ ਕਰ ਸਕਦੇ ਹਾਂ ਸਰਫੇਸ ਏਰੀਆ ਆਫ ਸਪੀਅਰ ਸਪੀਅਰ ਹੁੰਦਾ ਹੈ ਆਪਣੇ ਕੋਲ 4 ਪਾਈ r² ਸੋ ਸਰਫੇਸ ਆਪਣੇ ਕੋਲ ਦਿੱਤਾ ਗਿਆ ਹੈ 154 ਸੈਂਟੀਮੀਟਰ ਸਕੇਅਰ ਸੋ 4 ਪਾਈ r² ਇਕੁਅਲ 154 ਸੈਂਟੀਮੀਟਰ ਸਕੇਅਰ 4 ਪਾਈ r ਨੂੰ ਤੁਸੀਂ ਲਿਖ ਲਵੋਗੇ ਤੇ ਉਸ ਤੋਂ ਬਾਅਦ ਜੋ ਵੈਲਿਊ ਦਿੱਤੀ ਗਈ ਹੈ ਇਸ ਦੇ ਨਾਲ ਆਪਾਂ ਰੇਡੀਅਸ ਫਾਈਂਡ ਕਰ ਸਕਦੇ ਹਾਂ ਸੋ ਆਰ ਆਪਣੇ ਕੋਲ ਰੇਡੀਅਸ ਜੋ ਹੈ ਉਹ ਅੰਡਰ ਰੂਟ 49 4 ਆ ਜਾਂਦਾ ਹੈ ਆਰ ਇਕੁਅਲ 7 2 ਇਕੁਅਲ 3.5 ਸੈਂਟੀਮੀਟਰ ਸੋ ਰੇਡੀਅਸ ਆਪਾਂ ਨੇ ਫਾਈਂਡ ਕਰ ਲਿਆ ਇਸ ਤੋਂ ਬਾਅਦ ਆਪਾਂ ਇਸਦੀ ਲਈ ਵੋਲਿਊਮ ਫਾਈਂਡ ਕਰ ਸਕਦੇ ਹਾਂ ਵੋਲਿਊਮ ਆਫ ਅ ਸਫੀਅਰ ਇਕੁਅਲ ਸੋ ਵੋਲਿਊਮ ਸਫੀਅਰ ਦਾ ਫਾਰਮੂਲਾ ਹੁੰਦਾ ਹੈ 4 3 ਪਾਈ ਆਰ 큐ਬ ਸੋ ਆਰ ਦੀ ਵੈਲਿਊ ਆਪਾਂ ਨੇ ਫਾਈਂਡ ਕਰ ਲਈ ਹੈ ਪਾਈ ਦੀ ਵੈਲਿਊ 22 7 ਹੈ ਸੋ ਇਸ ਤਰ੍ਹਾਂ ਪਾਰਟਸ ਆਨਸਰ ਫਾਈਂਡ ਕਰ ਸਕਦੇ ਹਾਂ ਸੋ ਆਪਣੇ ਕੋਲ ਆਨਸਰ ਆ ਜਾਵੇਗਾ 7179.67 ਸੈਂਟੀਮੀਟਰ ਕਯੂਬ ਨੈਕਸਟ ਪਾਰਟ ਮੈਚ ਬਾਕਸ ਇਜ਼ ਅ ਕਯੂਬਡ ਸੋ ਮਾਚੀ ਡਬਿਕ ਹੈ ਕਯੂਬਡ ਦੀ ਸ਼ੇਪ ਦੇ ਵਿੱਚ ਹੁੰਦੀ ਹੈ ਲੈਂਥ ਬ੍ਰੈਥ ਤੇ ਹਾਈਟ ਆਪਣੇ ਕੋਲ ਦਿੱਤੀ ਗਈ ਹੈ 4 ਸੈਂਟੀਮੀਟਰ ਲੈਂਥ ਬ੍ਰੈਥ 2.5 ਸੈਂਟੀਮੀਟਰ ਤੇ ਹਾਈਟ 1.5 ਸੈਂਟੀਮੀਟਰ ਰਿਸਪੈਕਟਿਵਲੀ ਪਹਿਲਾਂ ਤੁਸੀਂ ਇੱਕ ਮੈਚ ਬਾਕਸ ਦਾ ਆ ਵੋਲਿਊਮ ਫਾਈਂਡ ਕਰ ਲਵੋਗੇ ਸੋ ਵੋਲਿਊਮ ਫਾਈਂਡ ਕਰਨ ਦਾ ਫਾਰਮੂਲਾ ਹੁੰਦਾ ਹੈ ਕਿਊਬਡ ਦਾ ਐਲ ਮਲਟੀਪਲਾਈ ਬੀ ਇੰਟੂ ਐਚ ਸੋ ਵੈਲਿਊਜ਼ ਆਪਾਂ ਨੂੰ ਪਹਿਲਾਂ ਹੀ ਪਤਾ ਨੇ ਸੋ ਫਿਲ ਕਰ ਲਵੋਗੇ ਤੇ ਇੱਕ ਦੀ ਵੋਲਿਊਮ ਆਪਣੇ ਕੋਲ 15 ਸੈਂਟੀਮੀਟਰ ਕਯੂਬ ਆ ਜਾਂਦੀ ਹੈ ਇਸ ਤੋਂ ਬਾਅਦ ਹੈਂਸ ਵੋਲਿਊਮ ਆਫ 12 ਸੱਚ ਮੈਚ ਬਾਕਸਿਸ ਸੋ ਇੱਕ ਦੀ ਆਪਣੇ ਕੋਲ ਵੋਲਿਊਮ ਪਤਾ ਹੈ ਸੋ ਉਸ ਨੂੰ ਤੁਸੀਂ 12 ਨਾਲ ਮਲਟੀਪਲਾਈ ਕਰ ਦਵੋਗੇ ਤੇ ਆਨਸਰ ਆਪਣੇ ਕੋਲ 180 ਸੈਂਟੀਮੀਟਰ ਕਯੂਬ ਆ ਜਾਵੇਗਾ ਕਾਫੀ ਈਜ਼ੀ ਕੁਐਸਚਨ ਹੈ ਤੁਹਾਨੂੰ ਜੋ ਲੌਂਗ ਆਨਸਰ ਦੇ ਵਿੱਚ ਪੁੱਛਿਆ ਗਿਆ ਹੈ ਸੋ ਇਹਨੇ ਦੋਨੋਂ ਪਾਰਟਸ ਨੈਕਸਟ ਕੁਐਸਚਨ ਦੇ ਵੱਲ ਵਧਦੇ ਹਾਂ ਅ 18th ਕੁਐਸਚਨ ਹੈ ਹੇਠ ਦਿੱਤੀ ਛਾਰਨੀ ਵਿੱਚ 400 ਲੈਂਪਾਂ ਦੇ ਜੀਵਨ ਕਾਲ ਦਿੱਤੇ ਗਏ ਹਨ ਸੋ ਦਿੱਤੇ ਹੋਏ ਅੰਕੜਿਆਂ ਨੂੰ ਆਇਤ ਚਿੱਤਰ ਰਹੀ ਦਰਸਾਓ Uh, represent the data with the help of histogram so 18th question da answer pa check kar lene ha te nal hi jo choice utti gayi hai aur ganit di pariksha vich 20 vidyarthiyan ne 10 vichon heta dete ang prapat kitte inna ankdeyan da madhyaman madhika ate bahulak pata karo so is a answer jo hai tusi khud aap ਕਰਸੋ ਦੇ ਹੂੰ ਕਾਫੀ ਆਸਾਨ ਕੁਐਸਚਨ ਹੈ ਸੋ ਇਸ ਦੇ ਵਿੱਚ ਤੁਹਾਨੂੰ ਮੀਨ ਮੀਡੀਅਨ ਤੇ ਮੋਡ ਫਾਈਂਡ ਕਰਨ ਦੇ ਲਈ ਕਿਹਾ ਗਿਆ ਹੈ ਇਸ ਦਾ ਆਨਸਰ ਮੈਂ ਤੁਹਾਨੂੰ ਇੱਕ ਹੋਰ ਟੈਲੀਗ੍ਰਾਮ ਚੈਨਲ ਤੇ ਵੀ ਪ੍ਰੋਵਾਈਡ ਕਰ ਦਵਾਂਗਾ ਜੀਐਸ ਅਪਡੇਟ 15 ਜੀਐਸ ਅਪਡੇਟਸ ਪੀਐਸਸੀ ਵੀ ਨਾਮ ਤੇ ਟੈਲੀਗ੍ਰਾਮ ਦਾ ਚੈਨਲ ਹੈ ਸੋ ਉੱਥੋਂ ਤੁਸੀਂ ਇਸ ਆਨਸਰ ਚੈੱਕ ਕਰ ਸਕਦੇ ਹੋ ਤੇ ਆਪਾਂ 18th ਕੁਐਸਚਨ ਦੇ ਫਰਸਟ ਪਾਰਟ ਦਾ ਆਨਸਰ ਚੈੱਕ ਕਰ ਲੈਨੇ ਆ ਸੋ 18th ਦਾ ਫਰਸਟ ਪਾਰਟ ਦਾ ਆਨਸਰ ਹੈ ਸੋ ਆਪਣੇ ਕੋਲ ਲਾਈਫਟਾਈਮ ਇਨ ਆਰਸ ਦਿੱਤਾ ਗਿਆ ਹੈ ਤੇ ਨੰਬਰ ਆਫ ਲੈਂਪਸ ਲੈਂਪਸ ਆਪਣੇ ਕੋਲ ਦਿੱਤੇ ਗਏ ਹਨ ਸੋ ਇਸ ਨੂੰ ਬਾਰ ਗ੍ਰਾਫ ਦੇ ਉੱਪਰ ਤੁਸੀਂ ਰਿਪਰਜੈਂਡ ਕਰਨਾ ਹੈ ਸੋ ਕੰਪਲੀਟ ਆਨਸਰ ਤੁਸੀਂ ਇਸ ਦਾ ਚੈੱਕ ਕਰ ਸਕਦੇ ਹੋ ਇਹ ਆਪਣੇ ਕੋਲ 18th ਕੁਐਸਚਨ ਦੇ ਫਰਸਟ ਪਾਰਟ ਦਾ ਆਨਸਰ ਸੈਕੰਡ ਪਾਰਟ ਦਾ ਆਨਸਰ ਉਹ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਦਿਖਾ ਦਵਾਂਗਾ ਸੋ ਇਹ ਸੀ ਆਪਣੇ ਕੋਲ ਕੰਪਲੀਟ ਫੁਲੀ ਸੋਲਵਡ ਸੈਂਪਲ ਪੇਪਰ ਜਮਾਤ 9ਵੀਂ ਸਬਜੈਕਟ ਮੈਥਮੈਟਿਕਸ ਦਾ ਇੰਗਲਿਸ਼ ਐਂਡ ਪੰਜਾਬੀ ਮੀਡੀਆ ਦੇ ਵਿੱਚ ਸੋ ਆਪਣੇ ਤੁਸੀਂ ਮੀਡੀਅਮ ਦੇ ਅਕੋਰਡਿੰਗ ਆਨਸਰ ਚੈੱਕ ਕਰ ਸਕਦੇ ਹੋ ਸਾਰੇ ਆਨਸਰ ਤੁਹਾਨੂੰ ਦਿਖਾ ਦਿੱਤੇ ਹਨ ਸੋ ਇਸੇ ਤਰ੍ਹਾਂ ਸਾਰੀ ਤਿਆਰੀ ਤੁਹਾਨੂੰ ਇਸ ਚੈਨਲ ਦੇ ਉੱਪਰ ਕਰਾਈ ਜਾਵੇਗੀ ਸੋ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰ ਲਵੋ ਮਿਲਦੇ ਹਾਂ ਨੈਕਸਟ ਟੱਕ ਲਈ ਬਾਏ ਬਾਏ ਟਾਟਾ ਧੰਨਵਾਦ